ਰਾਤ ਨੂੰ 10:30 ਵਜੇ ਦੀ ਗੱਲ ਹੈਗੀ ਹੈ, ਅਚਾਨਕ ਦੀਵਾਰ ਗਿਰ ਗਈ ਹੈ ਅਤੇ ਆਪਣੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ। ਦੀਵਾਰ ਦੇਖੋ ਅਨਸੇਫ ਦੀਵਾਰ, ਖਰਾਬ ਪੁਰਾਣੀ ਦੀਵਾਰ ਹੈਗੀ ਹੈ, ਉਹਦੇ ਕਰਕੇ ਗਿਰ ਗਈ ਹੈ। ਇਹ ਧਿਆਨ ਨਹੀਂ ਦਿੱਤਾ ਜਾ ਰਿਹਾ, ਪਹਿਲੇ ਵੀ 1-2 ਵਾਰੀ ਕਿਹਾ ਇਹਨਾਂ ਨੂੰ ਅਤੇ ਦੀਵਾਰ ਵਾਲੇ ਨੂੰ, ਮਕਾਨ ਵਾਲੇ ਨੂੰ, ਅਤੇ ਬਸ ਉਹ ਪਿੱਛੇ ਥੋੜ੍ਹੇ ਜਿਹੇ ਆਏ, ਰਿਪੇਅਰ ਮਾੜੀ ਜਿਹੀ ਕੀਤੀ ਸੀਗੀ ਅਤੇ ਬਸ ਰਿਪੇਅਰ ਕਰਕੇ ਚਲੇ ਗਏ ਸੀਗੇ। ਹਾਂਜੀ, ਨਾ ਨਾ ਕੁਛ ਨਹੀਂ ਕੀਤਾ ਇਹਨਾਂ ਨੇ ਜੀ। ਅਤੇ ਆਪਾਂ ਤਾਂ ਮੰਗ ਹੀ ਕਰਦੇ ਹਾਂ ਕਿ ਸਾਡੀ ਜਿਹੜਾ ਨੁਕਸਾਨ ਹੋਇਆ ਉਹਦੀ ਭਰਪਾਈ ਕੀਤੀ ਜਾਏ। ਸਪੋਜ਼ ਕਰੋ ਕਿ ਰਾਤ ਦਾ ਟਾਈਮ ਸੀਗਾ, ਕਿਉਂਕਿ ਆਪਣੇ ਕੋਲ ਪੇਸ਼ੈਂਟ ਵਾਧੂ ਖੜ੍ਹੇ ਹੁੰਦੇ ਅਤੇ ਕੋਈ ਬੱਚੇ ਕੋਈ ਹੋਰ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀਗਾ ਇਹਦਾ? ਹਾਂਜੀ, ਅੱਜ ਛਾਉਣੀ ਮੁਹੱਲੇ 'ਚ ਸਰਦਾਰ ਸਿੰਘ ਜੰਝ ਘਰ ਆ, ਉਹਦੀ ਦੀਵਾਰ ਡਿੱਗ ਗਈ ਆ। ਬਰਸਾਤ ਦਾ ਮੌਸਮ ਚੱਲ ਰਿਹਾ ਔਰ ਘੱਟੋ ਘੱਟ 70-80 ਸਾਲ ਪੁਰਾਣੀ ਬਿਲਡਿੰਗ ਹੋਣੀ ਆ, ਮਿੱਟੀ ਦੀ ਚਿਣਾਈ ਆ। ਕਾਰਪੋਰੇਸ਼ਨ ਦੇ ਅਫਸਰਾਂ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਹੁੰਦਾ। ਕਾਰਪੋਰੇਸ਼ਨ ਦੇ ਅਫਸਰ ਉੱਥੇ ਪਹੁੰਚ ਜਾਂਦੇ ਆ ਜਿੱਥੇ ਇਹਨਾਂ ਦੀ ਸੈਟਲਮੈਂਟ ਹੋਣੀ ਹੋਵੇ। ਘੱਟੋ ਘੱਟ ਜਿਹੜੀਆਂ ਅਨਸੇਫ ਬਿਲਡਿੰਗਾਂ ਨੇ ਉਹਨਾਂ ਵੱਲ ਤਾਂ ਧਿਆਨ ਦੇਖੋ। ਇਸੇ ਤਰ੍ਹਾਂ ਹੀ ਇੱਕ RESQ ਰੋਡ 'ਤੇ ਪੁਰਾਣੀ ਸਬਜ਼ੀ ਮੰਡੀ ਜਿਹੜੀ ਤਕਰੀਬਨ 200 ਸਾਲ ਪੁਰਾਣੀ ਬਿਲਡਿੰਗ ਆ, ਉਹ ਵੀ ਇਸੇ ਤਰ੍ਹਾਂ ਹੀ ਖੜ੍ਹੀ ਆ। ਜਿਸ ਦਿਨ ਕੋਈ ਜਾਨੀ ਮਾਲੀ ਨੁਕਸਾਨ ਹੋਊਗਾ ਸ਼ਾਇਦ ਕਾਰਪੋਰੇਸ਼ਨ ਉਦੋਂ ਜਾਗਦੀ ਆ। ਉਹ ਕਿਰਪਾ ਕਰਕੇ ਕਾਰਪੋਰੇਸ਼ਨ ਵਾਲਿਆਂ ਨੂੰ ਮੈਂ ਇੰਨੀ ਕਹਿਣਾ ਪਿਆ ਕਿ ਜਿੱਥੇ ਬਣਦੀ ਕਾਰਵਾਈ ਉੱਥੇ ਜ਼ਰੂਰ ਕਰੋ, ਜਿੱਥੇ ਅਨਸੇਫ ਬਿਲਡਿੰਗਾਂ ਨੇ ਉਹਨਾਂ ਨੂੰ ਗਿਰਾਓ। ਅਜੇ ਕਾਰ ਦਾ ਨੁਕਸਾਨ ਹੋ ਗਿਆ, ਇਹ ਡਾਕਟਰ ਸਾਹਿਬ ਦੇ ਸਵੇਰੇ 10:30 ਵਜੇ ਰਾਤੀ ਇੱਕ ਬਿਲਡਿੰਗ ਗਿਰੀ ਆ, ਸਵੇਰੇ ਇਹਨਾਂ ਦਾ ਮੈਨੂੰ ਫੋਨ ਆਇਆ। ਹੁਣ ਇਹਦੀ ਭਰਪਾਈ ਕਿੱਥੋਂ ਹੋਊਗੀ? ਇਹ ਪਹਿਲਾਂ ਤਾਂ ਇੰਸ਼ੋਰੈਂਸ ਵਾਲਿਆਂ ਦੇ ਚੱਕਰ ਮਾਰਨਗੇ, ਇੰਸ਼ੋਰੈਂਸ ਵਾਲਿਆਂ ਨੇ ਇੰਸਪੈਕਟਰ ਨੇ ਉਹਨੇ 3600 ਡਰਾਮੇ ਕਰਨੇ ਆ, ਨਹੀਂ ਜੀ ਇਹ ਬਰਸਾਤ ਨਾਲ ਗਿਰੀ ਆ, ਇੱਦਾਂ ਗਿਰੀ ਉੱਦਾਂ ਗਿਰੀ ਆ। ਘੱਟੋ ਘੱਟ ਜੇ ਤੁਸੀਂ ਪ੍ਰਸ਼ਾਸਨ ਸਹੀ ਢੰਗ ਨਾਲ ਕਮਾਨ ਸੰਭਾਲਵੇ ਤਾਂ ਸਾਨੂੰ ਆਮ ਬੰਦੇ ਨੂੰ ਇਹੋ ਜਿਹੀਆਂ ਦਿੱਕਤਾਂ ਨਾ ਆਉਣ। ਕਿੱਧਰ ਨੂੰ ਮਾੜਾ ਜਿਹਾ ਹਲਕਾ ਜਿਹਾ ਦਰਖਤ ਨਹੀਂ ਝਟਕਾ ਮਾਰ ਦੇਣਾ? ਬੰਦ ਰਸਤਾ ਜੀ, ਹਾਂ ਸਿਲੰਡਰ ਬਾਰੇ ਬੰਦ ਕਰ ਦਿਓ।